ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਪਾਤੜਾਂ ਵੱਲੋਂ DSP ਦਫ਼ਤਰ ਦੇ ਸਾਹਮਣੇ ਧਰਨਾ ਲਗਾਇਆ ਗਿਆ। ਧਰਨੇ ਦੀ ਅਗਵਾਈ ਕਰ ਰਹੇ ਬਲਾਕ ਪ੍ਰਧਾਨ ਅਮਰੀਕ ਸਿੰਘ ਨੇ ਆਖਿਆ ਕਿ ਮੌਕੇ ਦੀ ਸਰਕਾਰ ਨੇ ਪੁਲਿਸ ਪ੍ਰਸ਼ਾਸਨ ਰਾਹੀਂ ਕਿਸਾਨਾਂ ਦੇ ਖਿਲਾਫ਼ ਜੋ ਪਰਾਲੀ ਸਾੜਨ ਦੇ ਪਰਚੇ ਦਰਜ ਕੀਤੇ ਗਏ ਨੇ ਉਹ ਤੁਰੰਤ ਰੱਦ ਕੀਤੇ ਜਾਣ। ਉਹਨਾਂ ਆਖਿਆ ਕਿ ਝੋਨੇ ਦੀ ਪਰਾਲੀ ਨੂੰ ਸਾੜਨਾ ਕਿਸਾਨਾਂ ਦੀ ਮਜਬੂਰੀ ਹੈ। ਉਹਨਾਂ ਆਖਿਆ ਕਿ ਬਹੁਤ ਸਾਰੇ ਕਿਸਾਨਾਂ ਦੀਆਂ ਕੰਬਾਈਨਾਂ ਦੇ ਚਲਾਨ ਵੀ ਕੱਟੇ ਗਏ ਨੇ ਤੇ ਪ੍ਰਸ਼ਾਸਨ ਇਸ ਗੱਲ ਦਾ ਬਹਾਨਾ ਬਣਾ ਰਿਹਾ ਕਿ ਕੰਬਾਈਨਾਂ ਦੇ SMS ਲਗਾਇਆ ਜਾਂਦਾ। ਉਸ ਤੋਂ ਬਾਅਦ ਕੰਬਾਈਨ ਉੱਪਰ 45 ਹਾਰਸ ਪਾਵਰ ਦਾ ਵਾਧੂ ਲੋਡ ਪੈਣ ਕਾਰਨ ਕੰਬਾਈਨਾਂ ਦਾਣੇ ਚੁੱਕਦੀ ਹੈ ਜੋ ਕਿਸਾਨਾਂ ਦੇ ਕਿਸੇ ਕੰਮ ਨਹੀਂ ਆਉਂਦੇ, ਜਿਸ ਕਾਰਨ 240 ਕਿਲੋ ਪ੍ਰਤੀ ਏਕੜ ਫਸਲ ਘੱਟ ਜਾਂਦੀ ਹੈ। ਉਹਨਾਂ ਸਰਕਾਰ ਨੂੰ ਚੇਤਾਵਨੀ ਦਿੱਤੀ ਹੈ ਕਿ ਜੇਕਰ ਦਰਜ ਕੀਤੇ ਗਏ ਕੇਸਾਂ ਨੂੰ ਖਾਰਜ ਨਹੀਂ ਕੀਤਾ ਗਿਆ ਤਾਂ ਉਹਨਾਂ ਵੱਲੋਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਆਜ਼ਾਦ TV ਨਿਊਜ਼ ਦੇ ਲਈ ਪਾਤੜਾ ਤੋਂ ਰਾਜਵਿੰਦਰ ਸਿੰਘ ਖਿੰਡਾ ਦੀ ਰਿਪੋਰਟ। ਜੋ ਅੱਜ ਦਾ ਅਸੀਂ ਨੇ DSP ਪਾਤੜਾ ਦੇ ਧਰਨਾ ਲਾਇਆ ਹੈ, ਇਹ ਧਰਨਾ ਅਸੀਂ ਜਿਹੜੇ ਕਿ ਸਾਡੇ ਕਿਸਾਨਾਂ ਨੇ ਪਰਾਲੀ ਫੂਕੀ ਦੀ, ਉਸ ਫੂਕਣ ਦੇ ਕਾਰਨ ਇਹਨਾਂ ਨੇ ਸਾਰੇ ਕਿਸਾਨਾਂ ਦੇ ਤਕਰੀਬਨ ਬਹੁਤ ਜ਼ਿਆਦਾ ਕਿਸਾਨਾਂ ਦੇ ਪਰਚੇ ਕਰਤੇ। ਅਸੀਂ ਉਹ ਚੀਜ਼ ਦੀ ਮੰਗ ਕਰਦੇ ਹਾਂ ਵੀ ਗ੍ਰੀਨ ਟ੍ਰਿਬੂਨਲ ਦੀ ਰਿਪੋਰਟ ਦੇ ਹਿਸਾਬ ਨਾਲ ਬਿਲਕੁਲ ਇਹ ਪਰਚੇ ਗਲਤ ਨੇ। ਅਸੀਂ ਉਹ ਪਰਚੇ ਅੱਜ ਰੱਦ ਕਰਾਉਣਾ ਆ ਵੀ ਇਹ ਬਿਲਕੁਲ ਗਲਤ ਪਰਚਾ ਕਰਿਆ ਸਾਡੇ 'ਤੇ। ਪਰਚੇ ਕਰਨ ਵਾਲਿਆਂ 'ਤੇ ਇਹ ਕਰਦੇ ਨਹੀਂ ਹੈਗੇ। ਪਿੱਛੇ ਜੀਰੀ ਫੜੀ ਜਦੋਂ ਉਸ ਲਾਲੇ 'ਤੇ ਇਹਨਾਂ ਨੇ ਪਰਚਾ ਨਹੀਂ ਕਰਿਆ। SHO ਨੂੰ ਵੀ ਅਸੀਂ ਜ਼ੋਰ ਲਾ ਲਿਆ, SDM ਨੂੰ ਵੀ ਜ਼ੋਰ ਲਾ ਲਿਆ। ਪਰਚੇ ਕਰਨ ਵਾਲੇ ਨਾਲੇ ਰੋਕੀ ਬੈਠੇ ਨੇ, ਜਿਹੜੇ ਸੂਏ ਸਰਕਾਰੀ ਉਹਨਾਂ ਦੇ ਪਰਚੇ ਨਹੀਂ ਕਰਦੇ, ਇਹ ਉਸ ਬੰਦੇ ਦੇ ਪਰਚੇ ਕਰਦੇ ਨੇ ਸਿਰਫ ਕਿਸਾਨ ਅਤੇ ਮਜ਼ਦੂਰ 'ਤੇ, ਕਿਉਂਕਿ ਇਹਨਾਂ ਨੂੰ ਵਪਾਰੀ ਦੀਂਦਾ, ਵਪਾਰੀ 'ਤੇ ਬਿਲਕੁਲ ਇਹ ਪਰਚੇ ਨਹੀਂ ਕਰਦੇ। ਅਗਲਾ ਅੱਜ ਸਾਡਾ 4 ਵਜੇ ਦੀ ਸੰਘਰਸ਼ ਇਹ ਧਰਨਾ ਚੱਲੂਗਾ, ਉਸ ਤੋਂ ਬਾਅਦ ਜਿਹੜਾ ਸਾਡਾ ਸੂਬਾ ਕਮੇਟੀ ਲੀਕੂਗੀ ਉਸ ਦੇ ਮੁਕਾਬਲੇ ਚੱਲੂ।